ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਅੱਜ ਅਸੀਂ ਬਟਾਲੇ ਪੰਜਾਬ ਤੋਂ ਲਾਈਵ ਹੋ ਕੇ ਸੰਗਤਾਂ ਨੂੰ ਇਹ ਦੱਸਣਾ ਚਾਹੁੰਦੇ ਹਾਂ ਕਿ 4 ਸਤੰਬਰ ਨੂੰ ਜੋ ਇੱਕ ਬਹੁਤ ਹੀ ਮੰਦਭਾਗੀ ਘਟਨਾ ਵਾਪਰੀ, ਜਿਸ ਵਿੱਚ ਇੱਕ ਇੱਥੇ ਪਟਾਕਾ ਫੈਕਟਰੀ ਸੀ ਅਤੇ ਉਹਦੇ ਵਿੱਚ ਅੱਗ ਲੱਗਣ ਕਾਰਨ ਇੰਨਾ ਜ਼ਬਰਦਸਤ ਬਲਾਸਟ ਹੋਇਆ ਕਿ 24 ਲੋਕਾਂ ਨੂੰ ਆਪਣੀ ਜਾਨ ਤੋਂ ਹੱਥ ਗਵਾਉਣੇ ਪਏ। 24 ਲੋਕਾਂ ਦੀ ਜਾਨ ਚਲੀ ਗਈ। ਕਾਫੀ ਘਰਾਂ ਦਾ ਆਲੇ ਦੁਆਲੇ ਦੁਕਾਨਾਂ ਦਾ ਨੁਕਸਾਨ ਹੋਇਆ। ਐਮਰਜੈਂਸੀ ਦੇ ਵਿੱਚ ਸਰਕਾਰ ਨੇ, NDRF ਦੀ ਟੀਮ ਨੇ ਇੱਥੋਂ ਸਾਰਾ ਵਿੱਚੋਂ ਲਾਸ਼ਾਂ ਕੱਢ ਕੇ ਜਿਹੜੀ ਆਪਣੀ ਸੇਵਾ ਨਿਭਾਈ। ਅਤੇ ਉਸ ਦਿਨ ਜਦੋਂ ਖਾਲਸਾ ਏਡ ਨੂੰ ਪਤਾ ਲੱਗਿਆ ਤਾਂ ਪਹਿਲੇ ਦਿਨ ਹੀ ਖਾਲਸਾ ਏਡ ਦੀ ਟੀਮ ਇੱਥੇ ਪਹੁੰਚੀ ਅਤੇ ਜੋ NDRF ਦੀ ਮਦਦ ਕੀਤੀ ਵਿੱਚ ਉਹਨਾਂ ਨੂੰ ਜਿੱਥੇ ਕਿ ਪਾਣੀ ਦੀ ਸੇਵਾ ਜਾਂ ਸੁੱਕੇ ਰਾਸ਼ਨ ਦੀ ਸੇਵਾ ਉਹਨਾਂ ਨਾਲ ਕੀਤੀ ਗਈ। ਅਤੇ ਜੋ ਜ਼ਖਮੀ ਲੋਕ ਹੋਏ ਸੀ ਉੱਥੇ ਉਹਨਾਂ ਨੂੰ ਹਸਪਤਾਲ ਲਿਜਾਇਆ ਗਿਆ। ਉੱਥੇ ਸਾਰੀ ਜ਼ਖਮੀ ਲੋਕਾਂ ਦੀ ਸਹਾਇਤਾ ਦੀ ਲਈ ਸਰਕਾਰ ਨੇ ਉਪਰਾਲੇ ਕੀਤੇ ਅਤੇ ਖਾਲਸਾ ਏਡ ਵੱਲੋਂ ਵੀ ਉਹਨਾਂ ਨੂੰ ਕਿਹਾ ਗਿਆ ਕਿ ਜੇ ਕਿਸੇ ਪ੍ਰਕਾਰ ਦੀ ਵੀ ਲੋੜ ਹੋਵੇ ਤਾਂ ਖਾਲਸਾ ਏਡ ਹਮੇਸ਼ਾ ਨਾਲ ਖੜ੍ਹੀ ਆ। ਅੱਜ ਅਸੀਂ ਇੱਥੇ, ਮੈਂ ਤੁਹਾਨੂੰ ਦਿਖਾਉਣਾ ਚਾਹੁੰਦਾ ਜੀ, ਇੱਥੇ ਕੱਲ੍ਹ ਸਾਡੀ ਆਹਾ ਉਹ ਜਗ੍ਹਾ ਜਿੱਥੇ ਇੱਕ ਫੈਕਟਰੀ ਸੀਗੀ ਅਤੇ ਆਹ ਤੁਸੀਂ ਦੇਖ ਸਕਦੇ ਹੋ ਨਾਲ ਬਈ ਇੱਥੇ ਆਹ ਬਲਾਸਟ ਹੋਇਆ ਘਰਾਂ ਦਾ। ਆਹ ਇੱਕ ਗੈਰੇਜ ਸੀਗਾ, ਇਹ ਸਾਰਾ ਕੁਛ ਤਬਾਹ ਹੋ ਗਿਆ। ਆਹ ਇੱਥੇ 7 ਦੁਕਾਨਾਂ ਅਤੇ ਮਗਰ ਫੈਕਟਰੀ ਅਤੇ ਉਹਨਾਂ ਦਾ ਘਰ ਸੀ। ਇਹ ਸਾਰਾ ਕੁਛ ਇੱਥੇ ਪ੍ਰੋਪਰ ਦੁਕਾਨਾਂ ਸੀ ਅਤੇ ਤੁਸੀਂ ਦੇਖ ਸਕਦੇ ਹੋ ਕਿ ਬਿਲਕੁਲ ਤਹਿਸ ਨਹਿਸ ਹੋ ਗਿਆ, ਜਿਹਦੇ ਵਿੱਚ ਘੱਟੋ ਘੱਟ 8 ਤੋਂ 10 ਦੁਕਾਨਾਂ ਬੁਰੀ ਤਰ੍ਹਾਂ ਇਫੈਕਟ ਹੋਈਆਂ ਅਤੇ ਨਾਲ ਗੁਰੂ ਘਰ ਦਾ ਵੀ ਬਿਲਕੁਲ ਗੁਰੂ ਘਰਾਂ ਨਾਲ ਨੁਕਸਾਨ ਹੋਇਆ। ਆਹ ਬਿਲਕੁਲ ਨਾਲ ਮੋਟਰ ਗੈਰੇਜ ਸੀਗਾ। ਇੱਥੇ ਤਕਰੀਬਨ ਵੀਰ ਜੀ ਦੇ ਦੱਸਣ ਮੁਤਾਬਕ 13 ਤੋਂ 14 ਗੱਡੀਆਂ ਅੰਦਰ ਸੀਗੀਆਂ ਇਹਨਾਂ ਦੀਆਂ, 17 ਗੱਡੀਆਂ ਅੰਦਰ ਸੀਗੀਆਂ ਇਹ ਵੀਰ ਜੀ ਇੱਥੇ ਮੋਟਰ ਗੈਰੇਜ ਦੇ ਮਕਾਨ ਮਾਲਕ ਨੇ। ਤੁਸੀਂ ਦੱਸਿਓ ਵੀਰ ਜੀ ਕੀ ਹੋਇਆ ਉਦਣ? 17 ਗੱਡੀਆਂ ਮੇਰੀ ਅੰਦਰ ਸੀ ਜੀ। ਠੀਕ ਹੈ ਜੀ। ਬਲਾਸਟ ਹੋਇਆ ਪਹਿਲਾਂ ਡਿੱਗੀਆਂ ਨੇ। ਠੀਕ ਹੈ ਜੀ। ਜੋੜਨਾ ਆਇਆ ਪਰ ਉਹ ਗੱਜ ਗੁਰਦਾਰੇ ਦੀ, ਹਾਂਜੀ, ਆਪਣੇ 12 ਇੰਚੀ ਕੰਧ ਪਾੜ ਦਿੱਤੀ ਜੀ। ਠੀਕ ਹੈ ਜੀ। ਤੇ ਤੁਸੀਂ ਉਸ ਟਾਈਮ ਕਿੱਥੇ ਸੀਗੇ ਜੀ? ਉਸ ਟਾਈਮ ਉਹ ਖੜਾ ਖੰਬੇ ਲੱਗੇ। ਠੀਕ ਹੈ ਜੀ। ਉੱਥੋਂ ਚੁੱਕ ਕੇ ਇੱਧਰ ਨੂੰ ਮਾਰਿਆ ਤੇ ਕੰਨ ਮੇਰਾ ਉਦੋਂ ਟੱਕ ਗਿਆ। ਆ ਲੱਕ ਦੇ ਵਿੱਚ ਮੇਰੇ ਦਰਦ। ਠੀਕ ਹੈ ਜੀ। ਇੱਕ ਤੁਸੀਂ ਦੇਖ ਸਕਦੇ ਹੋ ਕਿ ਮੈਂ ਤੁਹਾਨੂੰ ਦਿਖਾ ਦਿੰਦਾ ਕਿ ਇੱਥੇ ਇੰਨੀ ਜ਼ੋਰ ਦੀ ਬਲਾਸਟ ਹੋਇਆ, ਜੋ ਆ ਰਾਹ ਤੋਂ ਗੱਡੀਆਂ ਜਾਂਦੀਆਂ ਸੀ ਉਹ ਆ ਚੱਕ ਕੇ ਇੰਨੀ ਕੁ ਜ਼ੋਰ ਦੀ ਬਲਾਸਟ ਹੋਇਆ ਕਿ ਆਹ ਸਕੂਟਰੀ ਖੜ੍ਹੀ ਆ ਜੀ ਦੇਖੋ, ਆ ਕਾਰਾਂ ਆ ਇੱਦਾਂ ਇੰਨੀ ਦੂਰ ਚੱਕ ਕੇ ਇੰਨਾ ਬੁਰੀ ਤਰ੍ਹਾਂ ਬਲਾਸਟ ਹੋਏ ਆ ਕਿ ਆਹ ਕਾਰ ਤੁਸੀਂ ਦੇਖ ਸਕਦੇ ਹੋ, ਮਰੂਤੀ ਖੜ੍ਹੀ ਆ, ਮਗਰ ਸਵਿਫਟ ਖੜ੍ਹੀ ਆ, ਆਹ ਸਕੂਟਰੀ ਆ, ਮੋਟਰਸਾਈਕਲ ਜੇ ਦਿਖਦਾ ਹੋਵੇ ਉੱਧਰ ਸਕੂਟਰੀ ਆ, ਉਹ ਜੀਪ ਗੁਰੂ ਘਰ ਦੀ ਸੀ। ਆਹ ਸਾਰੇ ਲੋਕ ਇਫੈਕਟ ਹੋਏ ਇੱਥੋਂ। ਅਤੇ ਖਾਲਸਾ ਏਡ ਵੱਲੋਂ ਕੱਲ੍ਹ ਅਸੈਸਮੈਂਟ ਕੀਤੀ ਗਈ ਸੀ, ਇੱਥੇ ਟੀਮ ਭੇਜੀ ਸੀ ਅਤੇ ਅੱਜ ਇਹਨਾਂ ਦੀ ਰਿਪੇਅਰ ਦਾ ਕੰਮ, ਵਰਕਸ਼ਾਪ ਦਾ, ਸਾਰੀਆਂ ਦਾ ਰਿਪੇਅਰ, ਲੈਂਟਰ, ਐਵਰੀਥਿੰਗ, ਸ਼ੈੱਡ ਖਾਲਸਾ ਏਡ ਵੱਲੋਂ ਜ਼ਿੰਮੇਵਾਰੀ ਚੱਕੀ ਗਈ ਆ ਅਤੇ ਆਲਰੇਡੀ ਕੰਮ ਜਿਹੜਾ ਇਹ ਚੱਲ ਰਿਹਾ ਜੀ। ਆਹ ਦੇਖੋ ਜੀ ਗੱਡੀਆਂ, ਆਹ ਗੈਰੇਜ ਦੇ ਉੱਤੇ ਇਹਨਾਂ ਦੇ ਲੈਂਟਰ ਉੱਤੇ ਡਿੱਗ ਪਏ। ਆਹ ਜਿਹੜਾ ਨਾਲ ਲੈਂਟਰ ਆ ਇਹ ਉੱਡ ਕੇ 20 ਫੁੱਟ ਪਰਲੇ ਪਾਸੇ ਸਾਰੀ ਫੈਕਟਰੀ ਦਾ ਲੈਂਟਰ ਗਿਆ।
ਆ ਇੰਨੀ ਕੁ ਤਬਾਹੀ, ਇੰਨਾ ਕੁ ਜ਼ੋਰ ਦੀ ਬਲਾਸਟ ਹੋਇਆ, ਤੁਸੀਂ ਦੇਖ ਸਕਦੇ ਹੋ ਆ ਮਲਬੇ ਦੇ ਥੱਲੇ। ਜੇ ਮੈਂ ਤੁਹਾਨੂੰ ਸੰਗਤ ਨੂੰ ਦੱਸ ਦੇਣਾ ਚਾਹੁੰਦਾ ਵੀ ਆ ਗੱਡੀ ਬਿਲਕੁਲ ਕੁਛ ਕੁ ਹੀ ਟਾਈਮ ਚੱਲੀ ਹੋਈ ਹੈ, ਨਵੀਂ ਗੱਡੀ ਇੱਥੇ ਆਈ ਸੀ ਗੈਰੇਜ ਦੇ ਵਿੱਚ ਅਤੇ ਹਜੇ ਵੀ ਆਲਰੇਡੀ ਮਲਬੇ ਦੇ ਥੱਲੇ ਆ ਜੀ। ਆ ਸਾਰਾ ਇੱਥੋਂ ਆ ਮਗਰ ਘਰ, 24 ਮੌਤਾਂ ਹੋਈਆਂ ਜੀ ਇੱਥੇ। ਇਹ ਗੱਡੀ ਇੱਥੇ ਹੀ ਖੜੀ ਸੀਗੀ ਜੀ ਅਤੇ ਆਹ ਸਾਰਾ ਮੈਂ ਦੱਸ ਦੇਣਾ ਚਾਹੁੰਦਾ ਵੀ ਇੰਨੀ ਕੁ ਜ਼ਿਆਦਾ ਕੁਆਲਿਟੀ ਹੋਈ ਆ ਖਾਲਸਾ ਏਡ ਵੱਲੋਂ ਇਹਨਾਂ ਦੀ ਮੁਰੰਮਤ ਦਾ। ਇਹ ਮੁੜ ਆਪਣੇ ਕਿੱਤੇ ਤੱਕ ਆ ਜਾਣ, ਸਾਰੀ ਜਿਹੜਾ ਸ਼ੈੱਡ ਸੀ ਬਿਲਕੁਲ ਰੀਫਰਨਿਸ਼ਡ ਦਾ, ਸਾਰੀ ਦਾ ਮੁਰੰਮਤ ਦਾ ਸੇਵਾ ਖਾਲਸਾ ਏਡ ਵੱਲੋਂ ਬੇਨਤੀ ਕੀਤੀ ਗਈ ਆ ਜੀ ਵੀ ਸੰਗਤ ਦੀ ਸਪੋਰਟ ਨਾਲ ਸਾਰੇ ਕਰਨਗੇ। ਆਹ ਨਾਲ ਗੁਰੂ ਘਰ ਸੀਗਾ ਜੀ, ਗੁਰੂ ਘਰ ਦੀ ਮੈਂ ਤੁਹਾਨੂੰ ਦਿਖਾਉਂਦਾ ਅੰਦਰ ਜਾ ਕੇ ਕਿ ਇਹਦੇ ਨਾਲ ਗੈਰੇਜ ਸੀ, ਗੈਰੇਜ ਤੋਂ ਅੱਗੇ ਅੱਗ ਲੱਗੀ ਸੀ ਤਾਂ ਆਹ 18 ਇੰਚੀ ਕੰਧ ਪਾੜ ਪਿਆ ਜੀ। ਆਹ ਪਰਲੇ ਪਾਸੇ ਗੈਰੇਜ ਆ, ਇੱਥੇ ਤੱਕ ਜਾਣ ਕਹਿੰਦੇ ਵੀ ਰੋੜੇ ਇੱਟਾਂ ਇੱਥੇ ਇੰਨੀ ਦੂਰ ਤੱਕ ਆਏ ਅਤੇ ਸੰਗਤ ਲਈ ਸੇਵਾਦਾਰ ਇੱਥੇ ਪ੍ਰਸ਼ਾਦਾ ਪਕਾ ਰਹੇ ਸੀ ਪਰ ਉਹਨਾਂ ਦੇ ਮਹਾਰਾਜ ਦੀ ਕਿਰਪਾ ਨਾਲ ਥੋੜ੍ਹੀਆਂ ਹੀ ਸੱਟਾਂ ਵੱਜੀਆਂ। ਸਾਰਾ ਇੱਥੇ ਟੀਨ ਸ਼ੈੱਡ ਸੀ, ਇਹ ਸਾਰਾ ਦੇਖਿਓ ਵੀ ਇੱਥੇ ਥੱਲੇ ਆ ਕੇ ਡਿੱਗ ਪਿਆ। ਇਹ ਗੁਰੂ ਘਰ 'ਚ ਇੱਥੇ ਪ੍ਰਸ਼ਾਦਾ ਉਸ ਟਾਈਮ ਪੱਕ ਰਿਹਾ ਸੀਗਾ, ਰਾਤ ਦਾ ਲੰਗਰ ਤਿਆਰ ਹੋ ਰਿਹਾ ਸੀ। ਮੈਂ ਹੁਣ ਤੁਹਾਨੂੰ ਗੁਰੂ ਘਰ ਉੱਤੇ ਜਾ ਕੇ ਦਿਖਾਉਂਦਾ ਜੀ ਵੀ ਆ ਦੇਖੋ ਜੀ ਇੱਥੇ ਜਿੰਨੇ ਵੀ ਸੁੱਖ ਆਸਣ ਮਹਾਰਾਜ ਦਾ ਕਰਦੇ ਹਾਂ, ਆ ਆ ਸਾਰੇ ਸ਼ੀਸ਼ੇ, ਆ ਸਾਰੇ ਜੋੜ ਸਾਰੇ ਹਿੱਲ ਗਏ। ਦਰਵਾਜ਼ਾ ਗੁਰੂ ਘਰ ਦਾ ਆ ਬਿਲਕੁਲ ਇੱਦਾਂ ਟੁੱਟ ਗਿਆ। ਆਹ ਸਾਰੀਆਂ ਜਿਹੜੀਆਂ ਖਿੜਕੀਆਂ, ਇੱਥੇ ਸ਼ੀਸ਼ੇ ਸੀ ਪ੍ਰੋਪਰ, ਤੁਸੀਂ ਦੇਖ ਸਕਦੇ ਹੋ ਵੀ ਸਾਰੇ ਇੱਥੇ ਖੜ੍ਹੇ ਨੇ। ਇਹ ਬੀਬੀ ਜੀ ਮੁੱਖ ਸੇਵਾਦਾਰ ਨੇ ਗੁਰੂ ਘਰ ਦੇ। ਸੰਗਤ ਨੂੰ ਦੱਸੋਗੇ ਜੀ ਉੱਦਣ ਕੀ ਹੋਇਆ ਜੀ, ਕਿੱਦਾਂ ਤੁਸੀਂ ਕਿੱਥੇ ਸੀ? ਹਾਂਜੀ ਲੰਗਰ ਘਰ ਵਿੱਚ, ਮਤਲਬ ਉੱਥੇ ਸੇਵਾ ਅਸੀਂ ਕਰ ਰਹੇ ਸੀ, ਲੰਗਰ ਬੰਦ ਹੋਇਆ ਸੀਗਾ। ਹਾਂਜੀ ਮਹਾਰਾਜ ਦੀ ਮਤਲਬ ਬਰਾਤ ਆਉਂਦੀ ਹੈ ਨਾ ਉੱਧਰੋਂ ਸੁਲਤਾਨਪੁਰ ਲੋਧੀ। ਜੀ ਜੀ ਰਾਤ ਦਾ ਪ੍ਰੋਗਰਾਮ ਇੱਥੇ ਬਹੁਤ ਤਕੜਾ ਪ੍ਰੋਗਰਾਮ ਹੁੰਦਾ। ਠੀਕ ਹੈ ਜੀ। ਹਾਂਜੀ ਤੇ ਉਹ ਫਿਰ ਮਤਲਬ ਲੰਗਰ ਬੰਦ ਹੋਇਆ ਨਹੀਂ, ਪਤਾ ਨਹੀਂ ਚੱਲਿਆ ਸਾਨੂੰ ਕਿ ਕੀ ਉਹ ਜਿਹਾ ਹੋਇਆ, ਇੰਨੀ ਤੇਜ਼ ਧਮਾਕਾ ਹੋਇਆ ਜੀ ਤੇ ਸਾਰਾ ਕੁਛ ਉਲਟ ਪੁਲਟ ਹੋ ਗਿਆ, ਮਤਲਬ ਸਮਝ ਨਹੀਂ ਆ ਰਹੀ ਕੀ ਹੋ ਗਿਆ। ਹਾਂਜੀ ਇਹ ਵੀ ਕਹਿੰਦੇ ਵੀ ਸਾਰੇ ਸ਼ਹਿਰ 'ਚ ਪਤਾ ਲੱਗਿਆ ਵੀ ਇੰਨਾ ਵੀ ਜਿਵੇਂ ਭੁਚਾਲ ਆ ਗਿਆ ਹੁੰਦਾ ਹੀ ਨਹੀਂ ਲੱਗਿਆ। ਵੀ ਮੈਨੂੰ ਬੱਚੇ ਕਹਿਣ ਲੱਗੇ ਵੀ ਮਾਤਾ ਕੀ ਹੋ ਗਿਆ ਕੀ ਹੋ ਗਿਆ, ਮੈਂ ਕਿਹਾ ਬ੍ਰਹਮੰਡਲ ਆ ਗਿਆ। ਹਾਂਜੀ ਹਾਂਜੀ ਛੱਤਾਂ ਲੈ ਕੇ ਉੱਡ ਜਾਂਦਾ। ਹਾਂਜੀ ਮੈਂ ਕਿਹਾ ਜਿੱਥੇ ਖੜੇ ਹੋ ਨਾ ਉੱਥੇ ਖੜੇ ਹੋ ਬਸ। ਹਾਂਜੀ ਹਾਂਜੀ ਬਸ ਇੰਨੇ 'ਚ ਤੇ ਪੱਥਰ ਹੀ ਵਰਸਣ ਲੱਗ ਗਏ, ਇੱਟਾਂ ਹੀ ਵਰਸਣ ਲੱਗ ਗਿਆ, ਮੈਂ ਕਿਹਾ ਲੋਕ ਭੱਜ ਦੌੜ ਮੱਚ ਗਈ ਅਤੇ ਇੱਥੇ ਜਿਵੇਂ ਮੈਂ ਲਾਸ਼ਾਂ ਹੀ ਲਾਸ਼ਾਂ ਹੋ ਗਿਆ ਉਹ ਮੈਂ। ਹਾਂਜੀ ਦੱਸਿਆ ਜੀ ਕਹਿੰਦੇ 24 ਮੌਤਾਂ ਹੋ ਗਈਆਂ ਨਾ, ਜਿਹੜੇ ਸੜਕ ਤੋਂ ਵੀ ਲੰਘ ਰਹੇ ਸੀ ਉਹ ਵੀ ਇਸ ਹਾਦਸੇ ਦਾ ਸ਼ਿਕਾਰ ਹੋਏ। ਹਾਂਜੀ ਮੈਂ ਗੱਡੀ ਹਾਂਜੀ 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 ਜੀ ਅੱਛਾ ਗੁਰੂ ਘਰੋਂ ਹੀ ਗਏ ਸੀ ਉਹ। ਹਾਂਜੀ ਬਸ ਲੰਗਰ ਛੱਕ ਕੇ ਦੋਨੋਂ ਜਿਹੜੀ ਬੀਬੀ ਪੂਰੀ ਹੋਈ ਉਹ ਵੀ ਲੰਗਰ ਛੱਕ ਕੇ ਗਈ ਹੈ।
ਓਕੇ ਉਹਨਾਂ ਦਾ ਘਰ ਵਾਲਾ ਇੱਧਰ ਨੂੰ ਚਲੇ ਗਿਆ ਕਹਿੰਦੇ ਕਿ ਮੈਂ ਗਾਈਆਂ ਬੰਨੇ ਆਵਾਂ ਠੀਕ ਹੈ ਉਹ ਮਿੱਟੀ ਲਈ ਇੱਧਰ ਨੂੰ ਗਏ ਨੇ ਤੇ ਬਸ ਉਹਨਾਂ ਦੇ ਇੰਨਾ ਮਤਲਬ ਸਿਰ ਚ ਕੁਛ ਵੱਜਿਆ ਇੰਨਾ ਹਿੱਸਾ ਹੀ ਉਹਨਾਂ ਨੇ ਤੇ ਉਹਨੇ ਮਤਲਬ ਉੱਥੇ ਹੀ ਡੈਥ ਹੋ ਗਈ ਤੇ ਉਹ ਬੱਚੇ ਵੀ ਇਸ ਤਰ੍ਹਾਂ ਮਤਲਬ ਤਿੰਨ ਤੋਂ ਉਹਦੇ ਨਾਲ ਮਤਲਬ ਕੰਧ ਡਿੱਗ ਗਈ ਹਾਂਜੀ ਹਾਂਜੀ ਠੀਕ ਹੈ ਜੀ ਇਹ ਜਿਵੇਂ ਖਾਲਸਾ ਏਡ ਵੱਲੋਂ ਸਾਰੇ ਗੁਰੂ ਘਰ ਦੀ ਰਿਪੇਅਰ ਜਿੰਨੇ ਵੀ ਆ ਸ਼ੀਸ਼ੇ ਟੁੱਟੇ ਆ ਅੰਦਰ ਅਲਮੀਨੀਅਮ ਦਾ ਕੰਮ ਚੱਲਦਾ ਆ ਚੱਲਦਾ ਅੱਜ ਤੋਂ ਉਹ ਸਾਰਾ ਖਾਲਸਾ ਏਡ ਵੱਲੋਂ ਜ਼ਿੰਮੇਵਾਰੀ ਚੱਕੀ ਗਈ ਆ ਅਤੇ ਮੈਂ ਤੁਹਾਨੂੰ ਗਾਂ ਵਾਲੀਆਂ ਦੁਕਾਨਾਂ ਦਾ ਵੀ ਟਰਾਈ ਕਰਦਾ ਕਿ ਉਹਨਾਂ ਦਾ ਤੁਹਾਨੂੰ ਦਿਖਾ ਸਕਾਂ ਇਹ ਜੀ ਜ਼ਿਲ੍ਹਾ ਗੁਰਦਾਸਪੁਰ ਬਟਾਲਾ ਜਿੱਥੇ ਕਿ 4 ਤਰੀਕ ਨੂੰ ਇੱਥੇ ਪਟਾਕਿਆਂ ਦੀ ਫੈਕਟਰੀ 'ਚ ਅੱਗ ਲੱਗਣ ਕਾਰਨ ਬਹੁਤ ਵੱਡਾ ਬਲਾਸਟ ਹੋਇਆ ਜਿਹਦੇ ਕਰਕੇ 24 ਮੌਤਾਂ ਹੋ ਗਈਆਂ ਅਤੇ ਤਕਰੀਬਨ 8 ਦੁਕਾਨਾਂ ਜਿਹੜੀਆਂ ਦੁਕਾਨਾਂ ਕਾਫੀ ਦੁਕਾਨਾਂ ਇਫੈਕਟ ਹੋਈਆਂ ਪਰ 8 ਆ ਜਿਹੜੀਆਂ ਬੈਡਲੀ ਇਫੈਕਟ ਹੋਈਆਂ ਜਿਹੜੀ ਦੁਕਾਨਾਂ ਜੀ ਆਲੇ ਦੁਆਲੇ ਵਾਲੀਆਂ ਇਹ ਉਹ ਜਗ੍ਹਾ ਜਿੱਥੇ ਪਟਾਕਿਆਂ ਦੀ ਫੈਕਟਰੀ ਸੀਗੀ ਇਹ ਵੀਰ ਦੀ ਕੰਪਿਊਟਰ ਦੀ ਦੁਕਾਨ ਸੀ ਆਪਣਾ ਫੋਟੋ ਸਟੇਟ ਮਸ਼ੀਨ ਫੋਟੋ ਪ੍ਰਿੰਟਿੰਗ ਕਰਦਾ ਸੀ ਵੈਲ ਫਰਨਿਸ਼ ਦੁਕਾਨ ਸੀਗੀ ਜਿਹੜੀ ਕਿ ਅੱਜ ਤੁਸੀਂ ਦੇਖ ਸਕਦੇ ਹੋ ਕਿ ਇੰਨੀ ਕੁ ਜ਼ਿਆਦਾ ਇਫੈਕਟ ਹੋਈ ਆ ਖਾਲਸਾ ਏਡ ਵੱਲੋਂ ਇੱਥੇ ਇਹਨਾਂ ਨੂੰ ਇੱਕ ਪ੍ਰਿੰਟਿੰਗ ਮਸ਼ੀਨ ਇਹਨਾਂ ਦੀ ਦੁਕਾਨ ਦੇ ਸ਼ਟਰ ਜਿਹੜੇ ਸਾਰੇ ਖਰਾਬ ਹੋ ਗਏ ਸੀਗੇ ਸਾਰੇ ਉੱਡ ਗਏ ਸੀ ਬਲਾਸਟ ਨਾਲ ਆ ਸ਼ੀਸ਼ੇ ਇਹਨਾਂ ਦੀ ਰਿਪੇਅਰ ਇਹ ਖਾਲਸਾ ਏਡ ਵੱਲੋਂ ਸੇਵਾ ਕੀਤੀ ਜਾਊ ਜੀ ਆ ਤੁਸੀਂ ਦੇਖਦੇ ਹੋ ਵੀ ਦੇਖ ਸਕਦੇ ਹੋ ਵੀ ਆ ਸਾਰੀ ਇਹਨਾਂ ਦੇ ਆਹ ਸ਼ਟਰ ਦਾ ਕਹਿੰਦੇ ਉਹ ਕਹਿੰਦੇ ਸਾਨੂੰ ਆਹ ਸ਼ਟਰ ਦਾ ਪਤਾ ਵੀ ਨਹੀਂ ਲੱਗਿਆ ਵੀ ਇਹ ਕਿੱਥੇ ਸੀ ਕਿੱਥੇ ਨਹੀਂ ਸੀ ਮੈਂ ਉਹਨਾਂ ਦੀ ਸਾਰੀ ਸੰਗਤ ਦਾ ਧੰਨਵਾਦ ਕਰਦਾ ਜੋ ਆਪਦੇ ਦਸਵੰਧ ਕੱਢ ਕੇ ਖਾਲਸਾ ਲਈ ਹਮੇਸ਼ਾ ਸਪੋਰਟ ਕਰਦੇ ਆ ਆਹ ਵੀ ਇੱਕ ਛੋਟਾ ਗੈਰੇਜ ਸੀ ਨਾਲ ਇੱਥੇ ਛੱਤ ਸੀ ਬਿਲਕੁਲ ਛੱਤ ਉੱਡ ਗਈ ਅਤੇ ਆਹ ਕੁਦਰਤੀ ਇਹ ਵੀਰ ਜੀ ਬਾਹਰ ਸੀਗੇ ਅਤੇ ਇਹਨਾਂ ਦੇ ਇਹ ਤਿੰਨੇ ਕੁਦਰਤੀ ਤੁਸੀਂ ਦੇਖੋ ਵੀ ਰੱਬ ਦਾ ਭਾਣਾ ਇਹ ਵੀਰ ਜੀ ਇੱਥੇ ਕਹਿੰਦੇ ਅਸੀਂ ਗੁਰੂ ਘਰ ਹੀ ਗਏ ਸੀ ਜਸਟ ਆਹ ਇੱਥੇ ਉਹ ਲੈਂਟਰ ਆ ਕੇ ਤੀਜੀ ਜਗ੍ਹਾ ਆਹ ਜਿਹੜੀ ਖੱਡ ਪਈ ਆ ਇੱਥੇ ਡਿੱਗਿਆ ਵੀਰ ਜੀ ਤੁਸੀਂ ਦੱਸ ਸਕਦੇ ਹੋ ਵੀ ਤੁਹਾਡਾ ਗੈਰੇਜ ਹੈ ਜੀ ਇਹ ਤੁਸੀਂ ਦੱਸ ਸਕਦੇ ਹੋ ਵੀ ਉਦਣ ਕੀ ਹੋਇਆ ਅਤੇ ਤੁਸੀਂ ਕਿੱਥੇ ਸੀ ਅਤੇ ਕਿਵੇਂ ਕੀ ਵਾਪਰਿਆ ਜੀ ਮੈਂ ਇੱਥੇ ਬੈਠਾ ਸੀ ਅਤੇ 5 ਮਿੰਟ ਪਹਿਲਾਂ ਮੈਨੂੰ ਫੋਨ ਆ ਗਿਆ ਗੁਰਦੁਆਰੇ ਸਾਹਮਣੇ ਬਾਬਾ ਜੀ ਬੁਲਾਉਣ ਡਿਆ ਪਏ ਜਨਰੇਟਰ ਖਰਾਬ ਹੋਇਆ ਜੀ ਪਹਿਲਾਂ ਤਾਂ ਮੈਂ ਉਹਨਾਂ ਨੂੰ ਟਾਲਿਆ ਮੈਂ 2 ਮਿੰਟ ਰੁਕ ਗਿਆ ਮੇਰੇ ਕੋਲ ਇੱਥੇ ਸੱਜਣ ਆਏ ਬੈਠੇ ਆ ਕੁਛ ਸੇਵਾਦਾਰ ਸੀ ਗੁਰਦੁਆਰਾ ਸਾਹਿਬ ਕਾਲ ਸਾਹਿਬ ਦੇ ਜੀ ਉਹਨਾਂ ਨੂੰ ਮੈਂ ਘੱਲਤਾ ਫਿਰ 5 ਮਿੰਟ ਬਾਅਦ ਅਸੀਂ ਨਾ ਉੱਥੇ ਚਲੇ ਗਏ ਆਪਣੇ ਗੁਰਦੁਆਰੇ 'ਚ ਗਏ ਹਾਂ ਠੀਕ ਹੈ ਜੀ ਗੁਰਦੁਆਰੇ 'ਚ ਜਾ ਕੇ ਹਲੇ ਖੜ੍ਹੇ ਹੋਏ ਹਾਂ ਅਤੇ ਧਮਾਕਾ ਹੋ ਗਿਆ ਜੀ ਅੱਛਾ ਜੀ ਜਨਰੇਟਰ ਰਿਪੇਅਰ ਕਰਨ ਲਈ ਤਿਆਰੀ ਕਰਨ ਡਿਆ ਤਾਂ ਫਿਰ ਧਮਾਕਾ ਹੋ ਗਿਆ ਮਗਰੋਂ ਆਹ ਬਲਾਸਟ ਹੋ ਗਿਆ ਉਹਨਾਂ ਦੀ ਛੱਤ ਉੱਪਰ ਉੱਡ ਕੇ ਆਈ ਹੈ ਸਾਡੇ ਇੱਥੇ ਆ ਕੇ ਡਿੱਗ ਪਈ 15-20 ਫੁੱਟ ਦੀ ਸਲੈਬ ਤੁਸੀਂ ਦੁਕਾਨ 'ਚ ਇੱਥੇ ਵੀ ਤੁਸੀਂ ਕਹਿੰਦੇ ਹੋ ਵੀ ਅੱਗੇ ਕੋਈ ਨਾ ਕੋਈ ਇੱਕ ਜਾਣਾ ਤੁਹਾਡਾ ਬੇਟਾ ਹਮੇਸ਼ਾ ਹੁੰਦਾ ਵੀ ਕੁਦਰਤੀ ਸਾਰਿਆਂ ਨੂੰ ਨਾਲ ਲੈ ਗਏ ਮੇਰੇ ਬੇਟੇ ਦੋਵੇਂ ਹੀ ਆਵੇ ਕੋਈ ਠੀਕ ਠੀਕ ਹੈ ਜੀ ਤੇ ਕੁਦਰਤੀ ਤੁਸੀਂ ਕਿਉਂਕਿ ਆਮ ਹੀ ਆਪਾਂ ਦੇਖੀਦਾ ਵੀ ਕੋਈ ਵੀ ਦੁਕਾਨਦਾਰ ਆਪਦੀ ਦੁਕਾਨ ਖਾਲੀ ਨਹੀਂ ਛੱਡਦਾ ਬਈ ਮਹਾਰਾਜ ਦੇ ਕੰਨੋਂ ਤੁਸੀਂ ਸਿਰਫ 2 ਮਿੰਟ ਕਿ 3 ਮਿੰਟ ਪਹਿਲਾਂ ਗਏ ਹੋ ਜੀ ਜਦੋਂ ਬਲਾਸਟ ਹੋਇਆ 2-4 ਮਿੰਟ ਜਾਂ 5 ਮਿੰਟ ਠੀਕ ਹੈ ਜੀ ਇਹ ਸਾਰਾ ਆਹ ਸਾਰੀ ਇਹਨਾਂ ਦੀ ਛੱਤ ਅਤੇ ਆਹ ਸਾਰਾ ਕੁਛ ਇੱਥੇ ਤੁਹਾਨੂੰ ਫਿਰ ਮੈਂ ਦੱਸ ਦੇਣਾ ਚਾਹੁੰਦਾ ਵੀ ਜਿਹੜਾ ਲੈਂਟਰ ਆ ਉਹ 20 ਫੁੱਟ ਦੂਰ ਆ ਕੇ ਇੱਥੇ ਉਹ ਫੈਕਟਰੀ ਦਾ ਲੈਂਟਰ ਅਤੇ ਸਲੇਬਾਂ ਇੱਥੇ ਡਿੱਗੀਆਂ ਅਤੇ ਤੁਸੀਂ ਦੇਖ ਸਕਦੇ ਹੋ ਵੀ
ਮਹਾਰਾਜ ਦੀ ਕਰਨੀ ਆ, ਹੈ ਨਾ, ਅਤੇ ਖਾਲਸਾ ਏਡ ਵੱਲੋਂ ਇਹਨਾਂ ਦੀ ਸਾਰੀ ਦੁਕਾਨਾਂ ਦੀ ਰਿਪੇਅਰ, ਸਾਰਾ ਸ਼ੈੱਡ ਪ੍ਰੋਪਰ ਸਾਰਾ ਕੁਛ ਪੇਂਟ ਕਰਾ ਕੇ, ਤਾਂ ਕਿ ਇਹ ਆਪਦਾ ਮੁੜ ਜਿਹੜਾ ਵੀ ਆ ਆਪਣਾ ਲੈਣ 'ਤੇ ਆ ਸਕਣ। ਇੰਦਰ ਮੈਂ ਤੁਹਾਨੂੰ ਅੱਗੇ ਦਿਖਾ ਦਿੰਦਾ ਜੀ, ਆਹ ਦੁਕਾਨ ਹੋ ਗਈ, ਆਹ ਦੁਕਾਨਾਂ ਦੇ ਸ਼ੀਸ਼ੇ ਵੀ ਜਿਹੜੇ ਇੰਨੇ ਬੈਡਲੀ ਇਫੈਕਟ ਹੋਏ ਆ ਕਿ ਤੁਸੀਂ ਦੇਖ ਸਕਦੇ ਹੋ ਅੰਦਰੋਂ। ਇਹ ਵੀਰ ਦੀ ਦੁਕਾਨ, ਤੁਸੀਂ ਵੀਰ ਜੀ ਬਾਹਰ ਹੀ ਬੈਠੇ ਸੀ ਉਦੋਂ ਜੀ? ਅੱਛਾ ਜੀ, ਤੇ ਦੁਕਾਨ ਤੁਹਾਡੀ ਖੁੱਲੀ ਸੀ? ਠੀਕ ਹੈ ਜੀ। ਠੀਕ ਹੈ ਜੀ, ਮੈਂ ਤੁਹਾਨੂੰ ਦਿਖਾ ਦੇਣਾ ਚਾਹੁੰਦਾ ਜੀ, ਇਹ ਤਕਰੀਬਨ ਇੱਥੋਂ ਮੇਰੇ ਹਿਸਾਬ ਨਾਲ 40-50 ਫੁੱਟ ਦੀ ਦੂਰੀ 'ਤੇ ਆ, ਅਤੇ ਇੰਨਾ ਤਕੜਾ ਤੁਸੀਂ ਦੇਖੋ ਵੀ ਇੱਕ ਬੰਬ ਬਲਾਸਟ ਤੋਂ ਘੱਟ ਇਹ ਚੀਜ਼ ਨਹੀਂ ਸੀਗੀ ਜੀ। ਇਹ ਸਾਰੀ ਇਹ ਵੀਰ ਦੁਕਾਨ ਮਾਲਕ ਨੇ ਜੀ ਜਿਹੜੇ, ਇਹ ਸਾਰਿਆਂ ਦੀ ਇਹਨਾਂ ਦੀ ਦੁਕਾਨ ਸੀਗੀ ਜੀ। ਆਹ ਦੇਖੋ ਆਹ ਸ਼ੀਸ਼ਾ ਉੱਦਾਂ। ਵੀਰ ਜੀ ਤੁਸੀਂ ਇੱਥੇ ਸੀ ਕਿ ਖਾਣਾ ਖਾਣ, ਤੁਸੀਂ ਦੱਸਿਆ ਵੀ ਕਿੱਥੇ ਸੀ? ਠੀਕ ਹੈ ਜੀ। ਤੁਸੀਂ ਉਹ ਅਕਸਰ ਵੀ ਤੁਸੀਂ ਦੁਪਹਿਰ ਦਾ ਖਾਣਾ ਖਾਣ ਜਦੋਂ ਤੁਸੀਂ ਵਾਪਸ ਆਏ ਤਾਂ ਤੁਹਾਨੂੰ ਪਤਾ ਲੱਗਿਆ? ਅੱਛਾ ਜੀ, ਫੋਨ ਆ ਗਿਆ। ਅੱਛਾ ਜੀ, ਉਹ ਠੀਕ ਹੈ ਜੀ। ਠੀਕ ਹੈ ਜੀ। ਅਤੇ ਖਾਲਸਾ ਏਡ ਵੱਲੋਂ ਜੀ ਇਹਨਾਂ ਦੇ ਸ਼ੀਸ਼ਿਆਂ ਦੀ ਜਿਹੜੀ ਰਿਪੇਅਰਿੰਗ ਆ, ਜਿਹੜਾ ਵੀ ਖਰਚਾ ਸ਼ੀਸ਼ਿਆਂ 'ਤੇ ਆਊ, ਮੂਹਰੇ ਗੇਟ 'ਤੇ ਆਊ, ਉਹ ਸਾਰਾ ਖਾਲਸਾ ਏਡ ਵੱਲੋਂ ਚੱਕਿਆ ਗਿਆ ਜੀ। ਮੈਂ ਸਾਰੀ ਸੰਗਤ ਦਾ ਧੰਨਵਾਦ ਕਰਦਾ, ਸਾਰੇ ਵਲੰਟੀਅਰ ਦਾ, ਇਹ ਲੋਕਲ ਟੀਮ ਤੋਂ ਜਿਹੜੇ ਇੱਥੇ ਸਾਡੇ ਨਾਲ ਅਸੈਸਮੈਂਟ ਕਰਦੇ ਆ ਜੀ, ਲੋਕਲ ਟੀਮ ਤੋਂ ਸਾਰੇ ਵੀਰ ਆ ਜਿਨ੍ਹਾਂ ਦੇ ਸਹਿਯੋਗ ਦੇ ਨਾਲ ਇੱਥੇ ਸੇਵਾਵਾਂ ਚੱਲ ਰਹੀਆਂ ਨੇ। ਮੈਂ ਸਾਰੀ ਸੰਗਤ ਦਾ ਧੰਨਵਾਦ ਕਰਦਾ ਜੀ ਫਿਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ।